सब जुडिशियल सब जुडिशियल है, हाई कोर्ट चल रहा है, लेट अस वेट फॉर द डिसीजन ऑफ द कोर्ट। सुखबीर जी, जस्टिस जोरा सिंह जी ने आज कहा प्रेस कॉन्फ्रेंस के बीच कि 2015 के बीच अकाली गवर्नमेंट ने प्रेशर से पुलिस ने डेलीबरेटली जो सैक्रिलेज के केसिस थे उन्होंने प्रॉपरली इन्वेस्टिगेट नहीं किया। की उन्होंने अपनी रिपोर्ट्स लिखे? अपनी रिपोर्ट लिखे मोस्ट वेलकम मोस्ट वेलकम सानू बड़ी खुशी होगी ਉਹਨਾਂ ਨੂੰ ਮੈਦਾਨ 'ਚ ਦੇਖਦੇ। ਇਸਪਾਲ ਖੈਰ ਜੀ ਜੇ ਗੱਲ ਕਰੀ ਉਹਨਾਂ ਨੇ ਨਵੀਂ ਪਾਰਟੀ ਬਣਾ ਲਈ, ਬਹੁਤ ਵਧੀਆ ਗੱਲ ਹੈ ਯਾਰ, ਵੈਰੀ ਗੁੱਡ ਹੈ। ਇਲੈਕਸ਼ਨ ਲੜਨਗੇ ਬਠਿੰਡੇ ਤੋਂ, ਬਹੁਤ 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 ਵਧੀਆ ਗੱਲ ਹੈ, ਨਾਲੇ ਤੁਹਾਨੂੰ ਦਰਸ਼ਨ ਵੀ ਹੋਣਗੇ। ਸੁਖਬੀਰ ਜੀ, ਸਰ ਲੋਕ ਸਭਾ ਚੋਣਾਂ ਦੇ ਉਮੀਦਵਾਰਾਂ ਦਾ ਐਲਾਨ ਜਾਂ ਕੋਈ ਹੋਰ? ਉਹ ਜਦੋਂ ਅਸੀਂ ਸਾਡੀ ਕੋਰ ਕਮੇਟੀ ਬੈਠੂਗੀ, ਉਹ ਕੋਰ ਕਮੇਟੀ ਫੈਸਲਾ ਕਰੂਗੀ। ਸੁਖਬੀਰ ਜੀ, ਬੀਬਾ ਜੀ ਚੋਣਾਂ ਹਲੇ ਕੋਰ ਕਮੇਟੀ ਦੀ ਫੈਸਲੇ ਤੋਂ ਪਹਿਲੇ ਅਸੀਂ ਕੁਛ ਨਹੀਂ ਕਰ ਸਕਦੇ। जवाब ए नी कि कांग्रेस माड़ी है कि सज्जन कुमार माड़ा है। आप देख लो कांग्रेस भज के हो रही है, एक मैं देख लो डेढ़ महीना लगे पार्लियामेंट इलेक्शन च, पंजाब दा मुख्यमंत्री कितने पंजाब देखे? ਜਿਹੜਾ ਪਿਛਲੇ 2 ਸਾਲਾਂ 'ਚ ਨਹੀਂ ਆਇਆ, ਡੇਢ ਮਹੀਨਾ ਇਲੈਕਸ਼ਨ ਰਹਿ ਗਿਆ, ਜੰਗ ਸ਼ੁਰੂ ਹੋ ਗਈ, ਉਦੋਂ ਨਹੀਂ ਵੜਿਆ ਕੀ ਉਹ ਮੁੱਖ ਮੰਤਰੀ ਕਹਿਣ ਦੇ ਲਾਇਕ ਹੈ? ਮੈਂ ਹੁਣੀ ਤੋਂ ਸ਼ੁਰੂ ਕਿਸ ਵਾਸਤੇ ਕੀਤਾ? ਹਰਪ੍ਰੀਤ ਜੀ ਆ, ਉਹਨਾਂ ਨੇ ਕਿਹਾ ਵੀ ਉੱਥੇ ਸਿਆਸੀ ਦੂਸ਼ਣਬਾਜ਼ੀਆਂ ਨਾ ਕੀਤੀਆਂ ਜਾਣ ਜੀ ਰੈਲੀ 'ਤੇ। ਸਰ ਉਹਨਾਂ ਨੇ ਅਪੀਲ ਕੀਤੀ ਹੈ ਇਸ ਮੈਟਰ 'ਚ, ਤੁਹਾਡਾ ਕੀ ਹੈ ਵੀ ਉਸ ਦਿਨ ਇਕੱਲਾ ਰੈਲੀ ਉੱਥੇ ਸ਼ਹੀਦਾਂ ਲਈ ਸਮਰਪਿਤ ਹੋਏਗੀ ਜਾਂ ਸਿਆਸੀ ਤਕਰੀਰਾਂ ਵੀ ਹੋਣਗੀਆਂ? ਸੀ ਆਈ ਵਿਲ ਕੀਪ ਵਟ ਐਵਰ ਹੀ ਸੇਇੰਗ, ਕੀਪ ਇਨ ਮਾਈਂਡ। ਸੁਖਬੀਰ ਜੀ, ਜੇ ਆਪਾਂ ਜੋਰਾ ਸਿੰਘ ਜੀ ਦੀ ਗੱਲ ਕਰੀਏ, ਪੈਸੋਂ ਕਿਤੇ ਉਹਨਾਂ ਨੇ ਕਿਹਾ 6 ਬੰਦਿਆਂ ਨੇ ਨਾਮ ਦਿੱਤੇ ਸੀ ਰਿਪੋਰਟ ਦੇ ਵਿੱਚ, ਨਾ ਹੀ ਤੁਹਾਡੀ ਸਰਕਾਰ ਕੋਈ ਕਾਰਵਾਈ, ਨਾ ਹੀ ਉਹਨਾਂ ਕੋਲ ਕਿਹੜੇ ਨਾਂ ਸੀ 6 ਨਾਮ ਦੱਸੇ ਨਾ ਉਹਨਾਂ ਕੋਲ ਨਾ? ਮੇਰੀ ਗੱਲ ਸੁਣਿਆ ਕਰੋ, ਜੋਰਾ ਸਿੰਘ ਨੂੰ ਹੁਣ ਜਦੋਂ ਉਹਨੂੰ MP ਦੀ ਟਿਕਟ ਆਫਰ ਹੋਈ ਹੈ ਤੇ ਹੁਣ ਬੋਲਣ ਲੱਗ ਗਿਆ, ਤੇ ਪਹਿਲੇ ਕੀ ਸੀ? ਬਟ ਹੀ ਮੈਂਸ਼ਨਡ ਇਨ ਦਾ ਪ੍ਰੈਸ ਕਨਫਰੰਸ ਦੈਟ ਜੋ SID ਅਕਾਲੀ ਗਵਰਨਮੈਂਟ ਨੇ ਬਣਾਈ ਸੀਗੀ, ਉਹਨਾਂ ਨੇ ਸਾਡੀ ਰਿਪੋਰਟ ਦੇ ਵਿੱਚ ਮੈਂਸ਼ਨਡ ਹੈਗਾ ਕਿ ਉਹਨਾਂ ਨੇ ਕਿਸੇ ਬੰਦੇ ਨੂੰ ਇੰਟੈਰੋਗੇਟ ਨਹੀਂ ਕੀਤਾ ਰਿਗਾਰਡਿੰਗ। ਇੱਕ ਮਿੰਟ, ਉਹਨੇ ਆਪਣੇ ਰਿਪੋਰਟਸ ਲਿਖੇ? ਬਟ ਹੀ ਸੈਡ ਇਨ ਦਾ ਪ੍ਰੈਸ ਨੋ ਪ੍ਰੈਸ ਕਾਉਂਟਰ ਯੂ ਆਸਕ 10 ਪੀਪਲ ਆਸਕ ਹਿਮ, ਯੂਰ ਰਿਪੋਰਟਰਸ ਆਸਕ ਹਿਮ ਕਿ ਤੁਸੀਂ ਆਪਣੇ ਉਹਦੇ ਲਿਖਿਆ ਕਿ ਨਹੀਂ ਹੈ, ਫਿਰ ਚੁੱਪ ਕਿਉਂ ਸੀ ਉਹ? ਇਟ ਵਾਸ ਟੇਬਲ, ਐਵਰੀਵਨ ਵਾਸ ਵਿਦ ਐਵਰੀ, ਇਟ ਵਾਸ ਇਨ ਦਾ ਡਿਪਾਰਟਮੈਂਟ, ਇਟ ਵਾਸ ਇਨ ਪਬਲਿਕ ਡਿਪੈਂਡ। ਆ ਜਿਹੜੀ ਆਪਣੀ ਰਣਜੀਤ ਸਿੰਘ ਰਿਪੋਰਟ ਹੈ, ਆ ਕਿੱਥੇ ਸੀ ਟੇਬਲ ਹੁਣ ਤੋਂ ਪਹਿਲੇ ਤੁਹਾਡੇ ਕੋਲ, ਸਾਰੇ ਕੋਲ ਸੀ? ਮੈਂ ਹੁਣੀ ਤੋਂ ਸ਼ੁਰੂ ਕਿਸ ਵਾਸਤੇ ਕੀਤਾ? ਹਰਪ੍ਰੀਤ ਜੀ ਆ, ਉਹਨਾਂ ਨੇ ਕਿਹਾ ਵੀ ਉੱਥੇ ਸਿਆਸੀ ਦੂਸ਼ਣਬਾਜ਼ੀਆਂ ਨਾ ਕੀਤੀਆਂ ਜਾਣ ਜੀ ਰੈਲੀ 'ਚ। ਸਰ ਉਹਨਾਂ ਨੇ ਅਪੀਲ ਕੀਤੀ ਹੈ ਇਸ ਮੈਟਰ 'ਚ, ਤੁਹਾਡਾ ਕੀ ਹੈ ਵੀ ਉਸ ਦਿਨ ਇਕੱਲਾ ਰੈਲੀ ਉੱਥੇ ਸ਼ਹੀਦਾਂ ਲਈ ਸਮਰਪਿਤ ਹੋਏਗੀ ਜਾਂ ਸਿਆਸੀ ਤਕਰੀਰਾਂ ਵੀ ਹੋਣਗੀਆਂ? ਸੀ ਆਈ ਵਿਲ ਕੀਪ ਵਟ ਐਵਰ ਹੀ ਸੇਇੰਗ ਵਿਦ ਕੀਪ ਇਨ ਮਾਈਂਡ। ਸੁਖਬੀਰ ਜੀ, ਜੇ ਆਪਾਂ ਜੋਰਾ ਸਿੰਘ ਜੀ ਦੀ ਗੱਲ ਕਰੀਏ, ਪੈਸੋਂ ਕਿਤੇ ਉਹਨਾਂ ਨੇ ਕਿਹਾ 6 ਬੰਦਿਆਂ ਨੇ ਨਾਮ ਦਿੱਤੇ ਸੀ ਰਿਪੋਰਟ ਦੇ ਵਿੱਚ, ਨਾ ਹੀ ਤੁਹਾਡੀ ਸਰਕਾਰ ਕੋਈ ਕਾਰਵਾਈ, ਨਾ ਹੀ ਉਹਨਾਂ ਕੋਲ ਕਿਹੜੇ ਨਾਂ ਸੀ 6 ਨਾਮ ਦੱਸੇ ਨਾ ਉਹਨਾਂ ਕੋਲ? ਨਾ ਮੇਰੀ ਗੱਲ ਸੁਣਿਆ ਕਰੋ, ਜੋਰਾ ਸਿੰਘ ਨੂੰ ਹੁਣ ਜਦੋਂ ਉਹਨੂੰ MP ਦੀ ਟਿਕਟ ਆਫਰ ਹੋਈ ਹੈ ਤੇ ਹੁਣ ਬੋਲਣ ਲੱਗ ਗਿਆ, ਤੇ ਪਹਿਲੇ ਕੀ ਸੀ? ਬਟ ਹੀ ਮੈਂਸ਼ਨਡ ਇਨ ਦਾ ਪ੍ਰੈਸ ਕਨਫਰੰਸ ਦੈਟ ਜੋ SID ਅਕਾਲੀ ਗਵਰਨਮੈਂਟ ਨੇ ਬਣਾਈ ਸੀਗੀ, ਉਹਨਾਂ ਨੇ ਸਾਡੀ ਰਿਪੋਰਟ ਦੇ ਵਿੱਚ ਮੈਂਸ਼ਨਡ ਹੈਗਾ ਕਿ ਉਹਨਾਂ ਨੇ ਕਿਸੇ ਬੰਦੇ ਨੂੰ ਇੰਟੈਰੋਗੇਟ ਨਹੀਂ ਕੀਤਾ ਰਿਗਾਰਡਿੰਗ। ਇੱਕ ਮਿੰਟ, ਉਹਨੇ ਆਪਣੇ ਰਿਪੋਰਟਸ ਲਿਖੇ? ਬਟ ਹੀ ਸੈਡ ਇਨ ਦਾ ਪ੍ਰੈਸ ਨੋ ਪ੍ਰੈਸ ਕਾਉਂਟਰ ਯੂ ਆਸਕ 10 ਪੀਪਲ ਆਸਕ ਹਿਮ, ਯੂਰ ਰਿਪੋਰਟਰਸ ਆਸਕ ਹਿਮ ਕਿ ਤੁਸੀਂ ਆਪਣੇ ਉਹਦੇ ਲਿਖਿਆ ਕਿ ਨਹੀਂ ਹੈ,
ਫਿਰ ਚੁੱਪ ਕਿਉਂ ਸੀ ਉਹ? ਟੇਬਲ ਇਟ ਵਾਸ ਟੇਬਲ ਐਵਰੀਵਨ ਵਾਸ ਵਿਦ ਐਵਰੀ ਇਟ ਵਾਸ ਇਨ ਦਾ ਡਿਪਾਰਟਮੈਂਟ ਇਟ ਵਾਸ ਨਾਟ ਇਨ ਪਬਲਿਕ ਡੋਮੇਨ ਇਟ ਵਾਸ ਇਨ ਪਬਲਿਕ ਡੋਮੇਨ ਆ ਜਿਹੜੀ ਆਪਣੀ ਰਣਜੀਤ ਸਿੰਘ ਰਿਪੋਰਟ ਹੈ ਆ ਕਿੱਥੇ ਸੀ ਟੇਬਲ ਹੁਣ ਤੋਂ ਪਹਿਲੇ ਤੁਹਾਡੇ ਕੋਲ ਸਾਰੇ ਕੋਲ ਸੀ